ਬੱਬੂ ਮਾਂ ਦਾ ਤੇ ਬਈ ਸਿੱਧੂ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ ਉਹਦੇ ਤੇ ਕੰਪੈਰੀਸ਼ਨ ਵਿੱਚ ਹੈ ਹੀ ਨਹੀਂ ਕੋਈ ਮੈਂ ਕਹਾਂ ਬਈ ਉਹ ਲੈਜੈਂਡ ਨਹੀਂ ਗਾ ਉਹ ਕਮਾਦਾ ਵਾਲੇ ਬੰਦੇ ਆ ਯਾਰ ਉਹ ਕਮਾਦਾ ਵਾਲੇ ਬੰਦੇ ਆ ਉਹ ਕਮਾਦਾ ਚ ਵਾਰ ਲਓ ਤੇ ਕੱਢ ਲਓ ਉਹ ਬੰਦੇ ਆ ਉਹ ਆਪਣਾ ਵੀ ਅਣਖੀ ਬਲੱਡ ਆ ਤਾਂ ਆਪਾਂ ਉਸ ਬੰਦੇ ਨੂੰ ਲਾਈਕ ਕਰਦੇ ਜਿਹੜਾ ਬੰਦਾ ਨੂੰ ਪਿਆਰ ਨਹੀਂ ਵੀ ਕਰਦਾ ਸੀ ਨਾ ਉਹ ਵੀ ਅੱਜ ਉਸ ਬੰਦੇ ਦੀਆਂ ਫੋਟੋ ਦੇ ਅੱਗੇ ਮੱਥਾ ਟੇਕਦਾ ਸਰਚ ਤੋਂ ਬੱਬੂ ਮਾਂ ਦੇ ਗਾਣੇ 'ਚ ਹੈ ਤਾਂ ਨਹੀਂ ਕੋਸ਼ਿਸ਼ ਨਾ ਠੀਕ ਆ ਮੇਰਾ ਕੰਮ ਕਾ ਸਟਾਈਲ ਸੀਗੀ ਆਪਾਂ ਮੰਨਦੇ ਚਲੋ ਠੀਕ ਆ ਆਈ ਸੀ ਪਰ ਉਹਦੇ ਗਾਣੇ ਚ ਹੈ ਹੀ ਕੁਛ ਨਹੀਂ ਤਤ ਹੈ ਹੀ ਨਹੀਂ ਇਸ ਬੰਦੇ ਦੇ ਕਿੰਨੇ ਇਤਿਹਾਸ ਗੀਤ ਬਲਵਿੰਦਰ ਚਟਾਣੇ ਬਾਰੇ ਕੌਣ ਜਾਣਦਾ ਸੀ ਇਹ ਨਹੀਂ ਤਾਂ ਸਬਜੀ ਵਿੱਚ ਲਾ ਦੇਣਾ ਇਹ ਸਿੰਗਰਾਂ ਨੂੰ ਸਾਰੇ ਸਿੰਗਰਾਂ ਸਾਰੀ ਇੰਡਸਟਰੀ ਨੂੰ ਅੰਮੇਰ ਤਾਂ ਬੱਬੂ ਮਾਣੂ ਹੋਣੀ ਮੇਰਸਾ ਨਾਲ ਡ੍ਰੇਕ ਨੂੰ ਮੈਨ ਲਈ ਤਰਸਦੇ ਹੋਣਗੇ ਤਾਂ ਡ੍ਰੇਕ ਇਹਨੂੰ ਫੋਲੋ ਕਰਦਾ ਸੀ ਓ ਜੋਰ ਬਿਨਾ ਪਟਾ ਤੇ ਥਾਪੀਆ ਬੱਝਦੀ ਨਾ ਹੰਕਾਰ ਨਹੀਂ ਆਏ ਰਤਬਾ ਮੁਥੇ ਆਏ ਦਾ ਸੀੜਗਾ ਜ਼ਰੂਰੀ ਨਹੀਂ ਕਿ ਕੁੜੀਆਂ ਨੂੰ ਵੇਖ ਕੇ ਮਾਰਦੇ ਹੋਣ ਇਹ ਥਿੰਕਿੰਗ ਆ ਬੰਦੇ ਦੀ ਤੇ ਉਹਨਾਂ ਨੂੰ ਪਤਾ ਕੀ ਆਖਿਆ ਬੱਬੂ ਮਾਨ ਨੇ ਕਹਿੰਦਾ ਘਰੇ ਜਾ ਕੇ ਮਾਰਿਆ ਕਰੋ ਸੀੜੀਆਂ ਘਰੇ ਥੋੜੇ ਹੈਗੀਆਂ ਪੈਣਾ ਮਾਵਾ ਹੈਗੀਆਂ ਥੋੜੇ ਘਰੇ ਤੇ ਮੈਨੂੰ ਬੜੀ ਮਾੜੀ ਗੱਲ ਲੱਗੀ ਮੈਂ ਕਹਾ ਯਾਰ ਫੇਰ ਕੀ ਹੋ ਗਿਆ ਉਦੋਂ ਇਹਨੂੰ ਮਾਵਾ ਭੈਣਾਂ ਦਾ ਆ ਜਾਂ ਧੀਆ ਦਾ ਚੇਤਾ ਨਹੀਂ ਆਉਂਦਾ ਜਦੋਂ ਬੰਦਾ ਕਹਿੰਦਾ ਵੀ ਪਹਿਲਾ ਪੈਗ ਲਾ ਕੇ ਤੇਰੀ ਬਾਹ ਫੜਨੀ ਠੀਕ ਆ ਉਦੋਂ ਇਹਨੂੰ ਚੇਤਾ ਨਹੀਂ ਆਉਂਦਾ ਠੀਕ ਧੀਆ ਭੈਣਾਂ ਲਈ ਇਹ ਗਾਣੇ ਚੰਗੇ ਨਹੀਂ ਤੇ ਮੈਂ ਧੀਆ ਭੈਣ ਨੂੰ ਕਮਾਦਾਂ ਦੇ ਵਿੱਚ ਭੇਜਦਾ ਉਦੋਂ ਇਹਨੂੰ ਪਤਾ ਨਹੀਂ ਲੱਗਦਾ ਪਰ ਇਹ ਬੰਦਾ ਕਹਿ ਰਿਹਾ ਥਿਆਰਾ ਚ ਹੁਣ ਕੁਛ ਨਹੀਂ ਪਿਆ ਠੀਕ ਆ ਲੰਗਰ ਲਾਓ ਠੀਕ ਆ ਸਾਰੀ ਉਮਰ ਹੋ ਗਈ ਯਾਰ ਦਾੜੀ ਮੋਛ ਰੱਖੋ ਯਾਰ ਸਰਦਾਰ ਬਣੋ ਠੀਕ ਆ ਫੇਰ ਸਮਝਾਉਂਦੇ ਦੋ ਖੀਆ ਗਈ ਦੀ ਜੱਟ ਦੇ ਸਿਰਾਂ ਤੋਂ ਨਾ ਲਾਉਂਦੇ ਦੁਨੀਆ ਹੋ ਤੇਰੇ ਕਿੰਨਾਂ ਸਾਲਾਂ ਦੇ ਜੱਟ ਨੂੰ ਹਾ ਬਾਈ ਬਾਈ ਕਹਿੰਦੀ ਦੁਨੀਆ ਮੈਂ ਕਹ ਬਈ ਕੋਈ ਗਾਣੀ ਗੋਲੀ ਮਾਰ ਦੋ ਜੀ ਆਪਾਂ ਵੀ ਬਾਈ ਸਿੱਧੂ ਦੇ ਫੈਨ ਆ ਤੁਹਾਨੂੰ ਪਤਾ ਹੀ ਆ ਇਸ ਚੀਜ਼ ਦਾ ਹਣਾ ਸਾਰੀ ਦੁਨੀਆ ਹੀ ਫੈਨ ਆ ਕੁੜੰਗਾ ਤੋਂ ਫੋਨ ਲਵਾਏ ਗਏ ਬਲੈਕਮੇਲ ਕੀਤਾ ਗਿਆ ਮੈਨੂੰ ਕਹਿੰਦੇ ਵੀ ਤੂੰ ਬਈ ਤੇਰੇ ਤੇ ਕੇਸ ਕਰਦਾਂਗੇ ਤੈਨੂੰ ਐ ਕਰਦਾਂਗੇ ਥਾਣਿਆਂ ਤੋਂ ਫੋਨ ਲਵਾਏ ਗਏ ਤੇਰੇ ਤੇ ਰਿਪੋਰਟਾਂ ਹੋਈਆਂ ਚੰਡੀਗੜ੍ਹ ਪਹਿਲਾਂ ਮੈਨੂੰ ਲਿਖਣਾ ਨਹੀਂ ਸੀ ਆਉਂਦਾ ਉਹਨਾਂ ਦੀ ਇਸ ਕਰਤੂਤ ਨੇ ਮੈਥੋਂ ਮੈਨੂੰ ਲਿਖਣ ਲੱਗਾ ਅੱਜ ਮੈਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਕਿ ਮੈਨੂੰ ਲੱਗਦਾ ਕਿ ਮੇਰੇ ਜਿਹੜੇ ਲਿਖਿਓਏ ਗਾਣੇ ਆ ਨਾ ਉਹਨਾਂ ਦੇ ਚ ਪੇੜਾ ਵਾਂਗੂੰ ਵੱਜਣਗੇ ਮੇਰੇ ਕੋਲ ਰਿਪੋਰਟਾਂ ਪਈਆਂ 15 ਦਿਨ ਮਾਈਗਰੇਨ ਹੁੰਦੀ ਆ ਕਿ ਮੈਂ ਸੌ ਜਾਂਦਾ ਹੀ ਮੇਰਾ ਦਿਮਾਗ ਨਹੀਂ ਸੌਂਦਾ ਲੰਗਣਾ ਪੈਂਦਾ ਏ ਔਖੇ ਸਮਿਆਂ ਦੀ ਮਾਰ ਚੋਂ ਇੱਜ਼ਤ ਕਮਾਉਣੀ ਔਖੀ ਮਿਲੇ ਨਾ ਬਾਜ਼ਾਰ ਚੋਂ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ। ਪੰਜਾਬ ਚ ਚੰਗਾ ਗਾਉਣ ਵਾਲਿਆਂ ਦੀ ਕਮੀ ਨਹੀਂ ਐ ਪਰ ਪੈਸੇ ਦੇ ਕਾਰਨ ਬਹੁਤ ਸਾਰੇ ਕਲਾਕਾਰ ਜਿਹੜੇ ਪਿੱਛੇ ਰਹਿ ਜਾਂਦੇ ਨੇ। ਅੱਜ ਤੁਹਾਡੀ ਮੁਲਾਕਾਤ ਕਰਾਉਣੀ ਐ ਇੱਕ ਅਜਿਹੇ ਕਲਾਕਾਰ ਦੇ ਨਾਲ ਜੋ ਬਹੁਤ ਸਰੀਲਾ ਐ ਪਰ ਕਿਤੇ ਨਾ ਕਿਤੇ ਪੈਸੇ ਦੀ ਘਾਟ ਕਾਰਨ ਜਿਹੜੀ ਉਹਦੀ ਗਾਇਕੀ ਐ ਖੁੱਲ ਕੇ ਅੱਗੇ ਨਹੀਂ ਆ ਸਕੀ। ਸਵਾਗਤ ਕਰਦੇ ਆ ਰਜਿੰਦਰ ਮਾਉਂਟੀ ਦਾ। ਸਵਾਗਤ ਆ ਬਈ। ਠੀਕ ਐ। ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਇਸ ਡਿਜੀਪੋਸਤ ਸਾਰੀ ਟੀਮ ਦਾ ਜਿਨ੍ਹਾਂ ਨੇ ਸਾਡੇ ਲਈ ਟਾਈਮ ਕੱਢਿਆ ਸੀ ਤੇ ਰਜ਼ਿੰਦਰ ਮੌਂਟੀ ਬਾਈ ਮੈਂ ਗੱਲ ਕੀਤੀ ਹੈ ਵੀ ਪੈਸੇ ਦੀ ਘਾਟ ਵਾਲੀ ਤਾਂ ਕਿੰਨਾ ਔਖਾ ਹੁੰਦਾ ਹੈ ਗਰੀਬੀ ਵਾਲੇ ਘਰ ਚੋਂ ਉੱਠ ਕੇ ਗਈ ਕਿ ਵਰਗਾ ਮਹਿੰਗਾ ਸ਼ੌਂਕ ਪਾਲਣਾ ਸ਼ੌਂਕ ਦੀ ਜੇ ਗੱਲ ਕਰਗੇ ਤਾਂ ਸ਼ੌਂਕ ਪਗਾਉਣੇ ਬਹੁਤ ਔਖੇ ਆ ਜੀ ਇੱਥੇ ਆਪਾਂ ਦੁਨੀਆ ਤੇ ਆਏ ਆ ਕੁਝ ਕਰਨ ਲਈ ਆਏ ਆ ਜੇ ਮਿਹਨਤ ਕਰਾਂਗੇ ਤਾਂ ਮਿਹਨਤ ਦੇ ਨਾਲ-ਨਾਲ ਸ਼ੌਂਕ ਵੀ ਅੱਗੇ ਲੈ ਜਾਵਾਂਗੇ ਹਾਂਜੀ ਮੈਂ ਤੁਹਾਨੂੰ ਚਾਹਨਾ ਵੀ ਕੋਈ ਗੀਤ ਦੇ ਨਾਲ ਆਪਾਂ ਜਿਹੜੀ ਸਟਾਰਟਿੰਗ ਦੇ ਵਿੱਚ ਸਾਂਝ ਪਾਈਏ ਕੋਈ ਗੀਤ ਜਿਹੜਾ ਤੁਹਾਡੇ ਦਿਲ ਦੇ ਬੜਾ ਕਰੀਬ ਹੋਵੇ ਜੀ ਹੋ ਅੱਖੀਆਂ ਨੂੰ ਜਗਰਾਤੇ ਦੇ ਗਈ ਖੁਸ਼ੀਆਂ ਮੇਰੀਆਂ ਨਾਲ ਹਿਲੇਂਗੀ ਉਹਨੇ ਜੋ ਜੋ ਸੁਪਨੇ ਥੋੜੇ ਆ ਆ ਓ ਡੋਲ ਰ ਗਿਣਦੀ ਏ ਤੇ ਮੈਂ ਤਾਰੇ ਗਿਣਦਾ ਆ ਥੈਂਕ ਯੂ ਕੀ ਬਾਤ ਹੈ ਜਦੋਂ ਨਾ ਕੋਈ ਆਪਾਂ ਖਾੜੇ ਚ ਵੀ ਜਾਂਦੇ ਜਦੋਂ ਕੋਈ ਚੰਗਾ ਜਿਹਾ ਗਾਉਣ ਵਾਲਾ ਚੰਗਾ ਸੁਰ ਲਾਉਂਦਾ ਤੇ ਜਿਹੜੇ ਟੇਢੇ ਵਿੰਗੇ ਜੇ ਬੈਠਿਆ ਉਹ ਵੀ ਸਿੱਧੇ ਹੋ ਜਾਂਦੇ ਆ ਤਾਂ ਤੁਹਾਡੀ ਗਾਇਕੀ ਨੇ ਮੈਨੂੰ ਵੀ ਸਿੱਧਾ ਜਾ ਕਰਕੇ ਬਹਿਣ ਲਈ ਮਜਬੂਰ ਕਰਤਾ ਤੇ ਇਹ ਜਿਹੜੇ ਸੁਰਜ ਲਾਉਨੇ ਆ ਤੁਸੀਂ ਇਹ ਟੇਡੇ ਸੁਰ ਲਾਉਨੇ ਹੋ ਇਹ ਕਿੱਥੋਂ ਸਿੱਖੇ ਇਹ ਦੇਖੋ ਹੀ ਮੈਂ ਸਿੱਖਿਆ ਕਿਤੋਂ ਨਹੀਂ ਇੱਕ ਮੈਂ ਕਲਾਸਾਂ ਹੀ ਲਈਆਂ ਹੋਈਆਂ ਜਿਵੇਂ ਆਪਾਂ ਕਹਿ ਦਿੱਤੀ ਹੈ ਨਾ ਕਿ ਹਰਜਿੰਦਰ ਮਣੀ ਜੀ ਤਲਵੰਡੀ ਭਾਈ ਤੋਣੇ ਤੇ ਉਹਨਾਂ ਨੂੰ ਮੈਂ ਉਸਤਾਦ ਮੰਨਦਾ ਪਰ ਉਹ ਮੈਨੂੰ ਆਪਦਾ ਭਰਾ ਮੰਨਦੇ ਨੇ ਠੀਕ ਹੈ ਹਾਂਜੀ ਉਹਨਾਂ ਨੇ ਮੇਰੀ ਵੋਕਲ ਦਾ ਨਿਖਾਰ ਕੀਤਾ ਹੋਇਆ ਇਸ ਚੀਜ਼ ਦਾ ਤੇ ਇਹ ਬਰੀਕੀਆਂ ਜਿਹੜੀਆਂ ਬਾਕੀ ਸਿੱਖ ਕੇ ਆ ਨਹੀਂ ਸਕਦੇਗਾ ਪਤਾ ਹੀ ਆ ਤੁਹਾਡੇ ਤੇ ਇਹ ਪ੍ਰਮਾਤਮਾ ਵੱਲੋਂ ਗੋਡ ਗਿਫਟ ਹੀ ਹੈ ਮੇਰੇ ਹਾਂਜੀ ਤੇ ਮੈਂ ਜਿਵੇਂ ਗੱਲ ਕੀਤੀ ਹੈ ਵੀ ਤੁਸੀਂ ਕੀ ਕੰਮਕਾਰ ਕਰਦੇ ਹੋ ਜਦੋਂ ਗਰੀਬੀ ਦਾ ਦੌਰ ਹੈ ਘਰ ਦੇ ਵਿੱਚ ਔਖਾ ਹੁੰਦਾ ਤਾਂ ਉਦੋਂ ਕਿੰਨਾ ਔਖਾ ਲੱਗਦਾ ਜਦੋਂ ਕਿਤੇ ਦਿਹਾੜੀ ਤੇ ਜਾਣਾ ਪੈਂਦਾ ਤੇ ਕੋਈ ਕਹਿੰਦਾ ਯਾਰ ਮਾਉਂਟੀ ਗਾਣਾ ਵੀ ਸੁਣਾ ਦੇ ਉਦੋਂ ਲੱਗਦਾ ਵੀ ਯਾਰ ਗਾਇਕੀ ਮੇਰੀ ਕਿਹੜੇ ਮੁੱਲ ਦੀ ਹੈ ਤੇ ਕਿੱਥੇ ਰੁੱਲ ਰਹੀ ਹੈ ਦੇਖੋ ਹੁਣ ਜਿਵੇਂ ਮੈਂ ਕੱਲ ਹੀ ਦਿਹਾੜੀ ਗਿਆ ਸੀਗਾ ਮਿਸਤਰੀ ਦੇ ਨਾਲ ਮੈਂ ਮਿਸਤਰੀ ਦੇ ਨਾਲ ਦਿਹਾੜੀ ਕਰਦਾ ਹਾਂ ਮੈਂ ਕੱਲ ਗਿਆ ਸੀਗਾ ਤੇ ਉੱਥੇ ਕੁਝ ਮੁੰਡਿਆਂ ਨੇ ਮੈਨੂੰ ਕਹਿ ਦਿੱਤਾ ਕਿ ਯਾਰ ਗਾਣਾ ਸੁਣਾ ਮੈਂ ਗਾਣਾ ਸੁਣਾਇਆ ਮੈਨੂੰ ਕਹਿੰਦੀ ਯਾਰ ਤੂੰ ਕਿੱਥੇ ਫਿਰਦਾ ਹੈਂ ਕਹਿੰਦੇ ਯਾਰ ਤੂੰ ਚੰਡੀਗੜ੍ਹ ਜਾ ਯਾਰ ਮੈਂ ਕਿਹਾ ਚੰਡੀਗੜ੍ਹ ਬਈ ਕਹ ਦੇਣਾ ਜਾਈਏ ਪੈਸਾ ਹੋਊਗਾ ਤਾਂ ਚੰਡੀਗੜ੍ਹ ਜਾਵਾਂਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਹੌਸਲਾ ਵੀ ਦਿੱਤਾ ਮੈਨੂੰ ਕਿ ਮੌਂਟੀ ਕੋਈ ਗੱਲ ਨਹੀਂ ਪ੍ਰਮਾਤਮਾ ਇੱਕ ਨਾ ਇੱਕ ਦਿਨ ਤੇਰੀ ਬਾਹਾਂ ਫੜੂਗਾ ਠੀਕ ਹੈ ਜੀ ਤੇ ਪਰਿਵਾਰ ਕਿੰਨਾ ਕ ਸਹਿਯੋਗ ਕਰਦਾ ਕਿਤੇ ਮਾਂ ਨੇ ਇਹ ਨਹੀਂ ਕਿਹਾ ਵੀ ਪੁੱਤ ਇਹ ਸ਼ੌਂਕ ਬਹੁਤ ਮਹਿੰਗਾ ਤੇ ਤੂੰ ਇਹਨੂੰ ਰਹਿਣ ਦੇ ਤੇ ਤੂੰ ਆਪਣਾ ਜਿਹੜਾ ਕੰਮਕਾਰ ਕਰ ਕਿਉਂਕਿ ਇਹ ਘਰਫੂਕ ਤਮਾਸ਼ੇ ਵਾਲੀ ਗੱਲ ਹੈ ਨਹੀਂ ਮੰਮੀ ਪਾਪਾ ਨੂੰ ਤੇ ਇਸ ਗੱਲ ਨੂੰ ਸਲਾਮ ਆ ਉਹਨਾਂ ਨੇ ਮੈਨੂੰ ਕਦੇ ਵੀ ਇਹ ਗੱਲ ਨਹੀਂ ਆਖੀ ਉਹ ਮੈਂ ਕਹਿ ਦਿੰਦੇ ਆ ਕਿ ਪੁੱਤ ਸ਼ਾਇਦ ਅਸੀਂ ਜਦੋਂ ਚਲੇ ਜਾਵਾਂਗੇ ਨਾ ਦੁਨੀਆ ਤੋਂ ਤੂੰ ਬਣੇਗਾ ਜ਼ਰੂਰ ਕੁਝ ਨਾ ਕੁਝ ਦੁਨੀਆ ਤੈਨੂੰ ਚਾਹੂਗੀ ਇੱਕ ਨਾ ਇੱਕ ਦਿਨ ਹੋ ਸਕਦਾ ਵੀ ਅਸੀਂ ਜਦੋਂ ਦੁਨੀਆ ਤੋਂ ਚਲੇ ਜਾਈਏ ਤੇ ਉਦੋਂ ਇਹ ਚੀਜ਼ ਤੈਨੂੰ ਵੇਖਣ ਨੂੰ ਮਿਲੇ ਪਰ ਤੈਨੂੰ ਸਾਡੀਆਂ ਗੱਲਾਂ ਯਾਦ ਆਉਣਗੀਆਂ ਬਾਅਦ ਦੇ ਵਿੱਚ ਪਰ ਮੈਂ ਉਹ ਜਦੋਂ ਇਹ ਗੱਲਾਂ ਕਰਦੇ ਨਾ ਉਦੋਂ ਮੇਰਾ ਦਿਲ ਇੰਨਾ ਕਿ ਜ਼ਿਆਦਾ ਰੋਂਦਾ ਨਾ ਕਿ ਮੈਂ ਕਹਿੰਦਾ ਨਾ ਫਿਰ ਫਾਇਦਾ ਕੀ ਆ ਫਿਰ ਤਾਂ ਮੈਂ ਜਿਵੇਂ ਅੱਜ ਰੁੱਲਦਾ ਫਿਰਦਾ ਫਿਰ ਤਾਂ ਮੈਂ ਬਾ ਵਖਾਉਣਾ ਤਾਂ ਮੈਂ ਤੁਹਾਨੂੰ ਚਾਹਣਾ ਕਿ ਮਾਂ ਮੈਂ ਤੁਹਾਡੇ ਪੇਟੋਂ ਜਨਮ ਲਿਆ ਤੇ ਮੈਂ ਅੱਜ ਆਇਆ ਹੈਗਾ ਠੀਕ ਹੈ ਤੇ ਮਾਂ ਕਿਹੜਾ ਗੀਤ ਕਹਿੰਦੀ ਹੈ ਵੀ ਪੁੱਤ ਨੂੰ ਜਦੇ ਕਦੇ ਹੁੰਦਾ ਵੀ ਜਦ ਤੁਸੀਂ ਗਾਉਨੇ ਹੋ ਤਾਂ ਕਹਿੰਦੀ ਚੱਲ ਆ ਗੀਤ ਸੁਣਾ ਦੇ ਜਾਂ ਬਾਪੂ ਜੀ ਕਿਹੜਾ ਗੀਤ ਸੁਣਦੇ ਹ ਹਲੇ ਕੱਲ ਢੇੜ ਲੱਖ ਆਇਆ ਮੁੰਡੇ ਦਾ ਕੱਲ ਢੇੜ ਲੱਖ ਆਇਆ ਮੁੰਡੇ ਦਾ ਪਈ ਦਸ ਦਿਸ ਚਾਚੀਆਂ ਤੇ ਤਾਈਆਂ ਨੂੰ ਉਜੇ ਮੈਂ ਸੱਚ ਦੱਸ ਦਿੱਤਾ ਮਾਨੇ ਆਖਣਾ ਵੇ ਪੁੱਤਾਂ ਅੱਗ ਲੱਗੇ ਐ ਸਿਆਂ ਕਮਾਈਆਂ ਨੂੰ ਸੱਚ ਦੱਸ ਦਿੱਤਾ ਮਾਨੇ ਆਖਣਾ ਵੇ ਪੁੱਤਾਂ ਅੱਗ ਲੱਗੇ ਐ ਸਿਆਂ ਕਮਾਈਆਂ ਨੂੰ ਕੀ ਬਾਤ ਆ ਇੰਡਸਟਰੀ ਦੇ ਵਿੱਚ ਕਿੰਨਾ ਹੁਣ ਤੱਕ ਵਾਹ ਪਿਆ ਤੇ ਕਦੇ ਇੰਡਸਟਰੀ ਦੇ ਕਿਹੜੇ ਲੋਕਾਂ ਨੇ ਮੌਂਟੀ ਦਾ ਦਿਲ ਤੋੜਿਆ ਇੰਡਸਟਰੀ ਦੇ ਵਿੱਚ ਬਹੁਤ ਜਾਣੇ ਦੇ ਨਾਲ ਬਾਤ ਪਈ ਮੇਰਾ ਹੂੰ ਬਹੁਤ ਜਾਣੇ ਨੇ ਦਿਲ ਤੋੜਿਆ ਹੂੰ ਕਿਹੜੀ ਕਿਹੜੇ ਬੰਦੇ ਦਾ ਨਾਮ ਲਵਾਂ ਅਲੀ ਬਰਾਦਰ ਹੋਣੀ ਹੈ ਹੂੰ ਸ਼ਾਇਦ ਮੈਨੂੰ ਕਈ ਸਾਲ ਲੰਘ ਚੱਲੇ ਅੱਜ ਗੱਲ ਕਰਨ ਕਰਨ ਲੱਗਾ ਮੈਂ ਇਹ ਗੱਲਾਂ ਹੂੰ ਧੋਖੇ ਦਿੰਦੇ ਨੇ ਆਪਦੇ ਬਣਾ ਕੇ ਹੂੰ ਮੈਨੂੰ ਇੱਕ ਛੋਟੀ ਜੋਬ ਮਿਲ ਗਈ ਕਿ ਮੈਂ ਮਿਡਲੈਂਡ ਮਾਈਕਰੋਫਰਾਂਸ ਦੇ ਵਿੱਚ ਮੈਂ ਲੀਡਜ਼ ਲੋਨ ਸਾਰ ਨੂੰ ਪਤਾ ਹੀ ਹੋਊਗਾ ਸ਼ਾਇਦ ਮੇਰੇ ਇਲਾਕੇ ਵਾਲਿਆਂ ਨੂੰ ਕਿ ਮੈਂ ਜੋਬ ਕਰਨ ਲੱਗ ਗਿਆ ਉਹ ਅੱਜ ਤੱਕ ਹੀ ਨਹੀਂ ਘਰਦਿਆਂ ਨੂੰ ਪਤਾ ਲੱਗਿਆ ਕਿ ਮੈਂ ਰਜਾਇਨ ਕਿਉਂ ਪਾਇਆ ਸੀ ਅੱਜ ਦੱਸ ਰਿਹਾ ਮੈਂ ਇਸ ਹਨ ਚੈਨਲ ਤੇ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਆ ਉਹਨਾਂ ਨੂੰ ਜੱਗਾ ਚਾਚਾ ਜੀ ਕਹਿੰਦੇ ਮੈਂ ਵੀ ਕਹਿੰਨਾ ਵਾਂ ਅੱਜ ਵੀ ਰਿਸਪੈਕਟ ਐ ਇਸ ਹੀ ਗੱਲ ਉਹਦੇ ਵਿੱਚ ਮੈਨੂੰ ਵਾਰ-ਵਾਰ ਫੋਨ ਲਾਇਆ ਕਰਨ ਕਿ ਮੌਂਟੀ ਤੂੰ ਬਹੁਤ ਵਧੀਆ ਸ੍ਰੀ ਲਾ ਗਾਉਣਾ ਤੂੰ ਸਾਡੇ ਨਾਲ ਕੋਰਸ ਤੇ ਚੱਲਿਆ ਕਰ ਤੇ ਮੈਂ ਕਿਹਾ ਵੀ ਠੀਕ ਐ ਬਾਜੀ ਮੈਂ ਤਾਂ ਇਦਾਂ ਕਰਕੇ ਵੀ ਚਾਚਾ ਜੀ ਮੈਂ ਤਾਂ ਬਈ ਤੇ ਜੋਬ ਮਿਲੀ ਆ ਮੈਨੂੰ ਮਸਾ ਜੋਬ ਮਿਲੀ ਆ ਨਹੀਂ ਨਹੀਂ ਕਿ ਸਾਡੇ ਕੋਲ ਪ੍ਰੋਗਰਾਮ ਹੁੰਦੇ ਸਾਰਿਆਂ ਨੂੰ ਪਤਾ ਹੀ ਆ ਕਿ ਉਹਨਾਂ ਕੋਲ ਪ੍ਰੋਗਰਾਮ ਬਹੁਤ ਹੁੰਦੇ ਆ ਨਾ ਠੀਕ ਆ ਆਕਰ ਨੂੰ ਕਹਿ गवा ਕਿ ਉਹਨਾਂ ਨੇ ਰਜਾਇਨ ਪਵਾਤਾ ਜੀ ਮੇਰਾ ਹੂੰ ਮੈਂ ਮੈਂ ਰਜੈਨ ਪਾਤਾ ਜੀ ਜੋ ਮੈਂ ਘਰੇ ਗਿਆ ਤਾਂ ਮੈਂ ਘਰੇ ਮੈਂ ਘਰੇ ਮਾਤਾ ਨੂੰ ਝੂਠ ਬੋਲਿਆ ਅੱਜ ਤੱਕ ਸੌਰੀ ਮਾਂ ਕਿ ਮੈਂ ਤੁਹਾਨੂੰ ਝੂਠ ਬੋਲਿਆ ਉਹਨਾਂ ਨੇ ਮੈਨੂੰ ਪ੍ਰੋਗਰਾਮ ਦਿੱਤਾ ਜਿਹੜੀਆਂ ਡੇਟਾ ਸੀਆਂ ਸਾਰੀਆਂ ਲਿਖਾ ਦਿੱਆਂ ਕਿ ਮੌਂਟੀ ਆਹ ਡੇਟਾ ਵਾਂ ਤੇ ਇੱਥੇ ਤੇ ਪ੍ਰੋਗਰਾਮ ਲਾਉਣ ਦੇ ਇੱਕ ਮੁੰਡਾ ਹੋਰ ਚਾਹੀਦਾ ਉਹ ਮੇਰਾ ਖਾਸ ਬੇਲੀ ਸੀਗਾ ਸਾਜਣ ਅੰਮ੍ਰਿਤਸਰ ਏਰੀਏ ਦਾ ਉਹ ਉਹ ਸਮੇਂ ਤਾਂ ਇਟਲੀ ਬਿਠਾਈ ਜਦੋਂ ਉਹਨੂੰ ਮੈਂ ਨਾਲ ਲੈ ਜਾਂਦਾ ਸੀ ਉੱਥੇ ਮੁਹਾਲੀ ਗਏ 68 68 ਸੈਕਟਰ ਦੇ ਵਿੱਚ ਰਹਿੰਦੇ ਸੀ ਜਦੋਂ ਉਹ ਸ਼ਾਇਦ ਪਤਾ ਨਹੀਂ ਸ਼ਾਇਦ ਹੁਣ ਵੀ ਉੱਥੇ ਰਹਿੰਦੇ ਹੋਣਗੇ ਤੇ ਉੱਥੇ ਜਾ ਕੇ ਅਸੀਂ ਰੈਸਲ ਕੀਤੀ ਸਾਰਾ ਕੁਝ ਕਰਕੇ ਤੇ ਅਸੀਂ ਇੱਥੇ ਚਲੇ ਗਏ ਸਾਡਾ ਇੱਥੇ ਫਰੀਦਕੋਟ ਸੈਂਟਰ ਜੇਲ੍ਹ ਦੇ ਵਿੱਚ ਨਾ ਇੱਕ ਪ੍ਰੋਗਰਾਮ ਹੁੰਦਾ ਵਾ ਉੱਥੇ ਪ੍ਰੋਗਰਾਮ ਹੋਇਆ ਸਾਡਾ ਤੇ ਅਸੀਂ ਵੀ ਚਲੇ ਗਏ ਜਦੋਂ ਉੱਥੇ ਤੇ ਸਾਨੂੰ ਇੱਕ ਵਰਦੀਆਂ ਫੜਾ ਦਿੱਤੇਗਾ ਉਹਨਾਂ ਨੇ ਉਹ ਕਹਿੰਦੇ ਵੀ ਇਹਨਾਂ ਦੇ ਫਾਦਰ ਸਾਹਿਬ ਕਹਿੰਦੇ ਜੱਗਾ ਜੀ ਉਹ ਕਹਿੰਦੇ ਵੀ ਵਰਦੀਆਂ ਜਾ ਕੇ ਤੂੰ ਸਾਜੀਆਂ ਨੂੰ ਫੜਾ ਦੇ ਜਾਕੇ ਹੋ ਨਾ ਮੈਨੂੰ ਲਿਆਉਣ ਲਈ ਤਾਂ ਕਿਹਾ ਹੀ ਨਹੀਂ ਮੇਰਾ ਤਾਂ ਪਹਿਲਾ ਪ੍ਰੋਗਰਾਮ ਸੀ ਮੈਂ ਕੀ ਕੀਤਾ ਕਿ ਮੈਂ ਵਰਦੀਆਂ ਜਾ ਕੇ ਜਿਹੜਾ ਕੀਬੋਰਡ ਵਾਲਾ ਸੀਗਾ ਮੈਂ ਉਹਨੂੰ ਫੜਾ ਦਿੱਤੇਗਾ ਮੈਂ ਕਿਹਾ ਲੈ ਬਾਈ ਆ ਸੰਭਲੋ ਉਹਨਾਂ ਨੇ ਪਾਉਣੀਆਂ ਸੀਗੀਆਂ ਵਰਦੀਆਂ ਉਹਨਾਂ ਨੇ ਮੈਨੂੰ ਨਹੀਂ ਪਤਾ ਪਾਈਆਂ ਚ ਚਲੋ ਜਿਵੇਂ ਵੀ ਆ ਨਹੀਂ ਪਾਈਆਂ ਹੋਣਗੀਆਂ ਉਹਨਾਂ ਨੇ ਤਾਂ ਉਹ ਵਰਦੀਆਂ ਜਿਹੜਾ ਲਫਾਫਾ ਬਣਿਆ ਸੀਗਾ ਉਹ ਬਾਈ ਜੀ ਉੱਥੇ ਹੀ ਪਈਆਂ ਰਹੀਆਂ ਅਸੀਂ ਸੈਂਟਰ ਜੇਲ੍ਹ ਤੋਂ ਬਾਹਰ ਨਿਕਲੇ ਸਾਰਿਆਂ ਨੂੰ ਪਤਾ ਜਦੋਂ ਇੱਕ ਵਾਰੀ ਬਾਹਰ ਨਿਕਲ ਜਾਵੇ ਬੰਦਾ ਤੇ ਅੰਦਰ ਨਹੀਂ ਜਾਣ ਦਿੰਦੇ ਅਸੀਂ ਰੋਡ ਤੇ ਆਏ ਜਦੋਂ ਤੇ ਸਾਨੂੰ ਇਹਨਾਂ ਨੇ ਪੁੱਛਿਆ ਵੀ ਵੀ ਮੋਟੀ ਵਰਦੀਆਂ ਮੈਂ ਕਿਹਾ ਵਰਦੀਆਂ ਭਾਜੀ ਤੁਸੀਂ ਫੜਾਉਣ ਲਈ ਕਿ ਆ ਸੀ ਨਾ ਕਿ ਲਿਆਉਣ ਲਈ ਗਿਆ ਸੀ ਕਹਿੰਦੇ ਵੀ ਨਹੀਂ ਤੂੰ ਵਰਦੀਆਂ ਗਵਾਤੀਆਂ ਇਹ ਮੈਂ ਕਿਹਾ ਚਲੋ ਠੀਕ ਆ ਮੈਂ ਵਰਦੀਆਂ ਗਵਾਤੀਆਂ ਮੈਂ ਮੰਨਦਾ ਠੀਕ ਆ ਹਾਲਾਂਕਿ ਇਹਦੇ ਵਿੱਚ ਮੇਰੀ ਗਲਤੀ ਨਹੀਂ ਸੀ ਕੋਈ ਵੀ ਮੈਂ ਕਿਹਾ ਜਿੰਨੇ ਵੀ ਪ੍ਰੋਗਰਾਮ ਲੱਗਦੇ ਨਾ ਤੁਸੀਂ ਵਰਦੀਆਂ ਦਾ ਮੁੱਲ ਪਾ ਦਿਓ ਕਿ ਕਿੰਨੇ ਦਿਨ ਵਰਦੀਆਂ ਬਣੀਆਂ ਮੈਂ ਥੋੜੇ ਨਾ ਫ੍ਰੀ ਪ੍ਰੋਗਰਾਮ ਲਾਉਂਗਾ ਮੈਨੂੰ 1 ਰੁਪਈਆ ਨਾ ਦੋ ਜੇ ਕਿਰਾਇਆ ਵੀ ਜਿਵੇਂ ਮਰਜ਼ੀ ਮੰਗ ਤੱਕ ਲੈ ਕੇ ਆਵਾਂ ਮੈਂ ਕਿਹਾ ਮੈਂ ਤੁਹਾਡੇ ਕੋਲ ਆਉਂਗਾ ਪਰ ਮੈਨੂੰ ਆਈ ਠਕਰਾਅ ਹੋਣਾ ਕਿਉਂਕਿ ਮੈਂ ਤਾਂ ਰਜਾਇਨ ਪਾਤਾ ਮੈਂ ਤਾਂ ਦਿਹਾੜੀ ਕਰਨ ਜੋਗਿਆ ਆਪਣੀ ਕਿੱਥੇ ਮੈਨੂੰ ਘਰ ਦੇ ਚਾਈ ਚਾਹ ਨਾਲ ਰੱਜ ਨਹੀਂ ਸੀ ਕਹਿੰਦੇ ਸੀਗੇ ਵੀ ਸਾਡਾ ਮੁੰਡਾ ਇੱਕ ਜੌਬ ਤੇ ਲੱਗ ਗਿਆ ਕਰਾਲੀ ਡਿਊਟੀ ਸੀ ਮੇਰੀ ਉਸ ਤੋਂ ਬਾਅਦ ਮੈਂ ਬੜੇ ਫੋਨ ਲਾਇਆ ਉਹਨਾਂ ਨੂੰ ਮਿਹਨਤਾ ਵੀ ਗੱਢਾਂ ਉਹਨਾਂ ਦੀਆਂ ਮੈਂ ਮੈਂ ਕਿਹਾ ਵੀ ਪਾਜੀ ਮੈਨੂੰ ਪ੍ਰੋਗਰਾਮ ਤੇ ਲੈ ਜਾਇਆ ਕਰੋ ਪਰ ਉਹਨਾਂ ਨੇ ਮੇਰੀ ਇੱਕ ਨਹੀਂ ਸੁਣੀ ਵੇ ਦੇਲਾਲੇ ਬੰਦੇ ਪਏ ਆ ਅੱਛਾ ਉਸ ਤੋਂ ਬਾਅਦ ਉਹਨਾਂ ਨਾਲ ਕਦੇ ਬਾਤ ਚ ਗੱਲ ਨਹੀਂ ਹੋਈ ਕਿ ਮੇਰੇ ਗਲਤੀ ਐਡੀ ਨਹੀਂ ਸੀ ਜਿਹੜੀ ਬਣਾਤੀ ਉਹਨਾਂ ਦੇ ਨਾਲ ਕੋਈ ਬੰਦਾ ਸੀਗਾ ਇੱਕ ਜਿਹੜਾ 24 ਘੰਟਾ ਰਹਿੰਦਾ ਸੀ ਉਹਦੇ ਨਾਲ ਮੇਰੀ ਗੱਲ ਹੋਈ ਆ ਕਿਉਂਕਿ ਉਹਨਾਂ ਨੇ ਗੱਲ ਨਹੀਂ ਕੀਤੀ ਉਹ ਮੈਨੂੰ ਕਹਿੰਦਾ ਸੀਗਾ ਕਹਿੰਦਾ ਹਾਂ ਮੁੰਡੀ ਤੇਰੀ ਐਡੀ ਗਲਤੀ ਨਹੀਂ ਸੀ ਯਾਰੇ ਜੱਡੀ ਇਹਨਾਂ ਨੇ ਤੈਨੂੰ ਸਜ਼ਾ ਦੇ ਦਿੱਤੀ ਮੈਂ ਕਿਹਾ ਬਾਈ ਸਜ਼ਾ ਤਾਂ ਮੈਂ ਕਹਾ ਮੈਨੂੰ ਪਤਾ ਨਹੀਂ ਹੁਣ ਜੋਬ ਮਿਲੂਗੀ ਚਾਹੇ ਨਹੀਂ ਮਿਲੂਗੀ ਮੈਂ ਕਿਹਾ ਇਹਨਾਂ ਨੇ ਤਾਂ ਯਾਰ ਮੈਨੂੰ ਜਮਾ ਕੋਡਿਓ ਖੋਟਾ ਕਰਤਾ ਯਾਰੇ ਇਹ ਬੰਦਿਆਂ ਨੇ ਤਾਂ ਮੈਨੂੰ ਉਸ ਤੋਂ ਬਾਅਦ ਮਨ ਬਹੁਤ ਪਰੇਸ਼ਾਨ ਹੋਇਆ ਕਿਹਦੇ ਕੋਲੇ ਦੁੱਖ ਮਾਂ ਨੂੰ ਦੱਸਿਆ ਪਰ ਤੁਸੀਂ ਦੱਸਿਆ ਜਿਵੇਂ ਦੱਸਿਆ ਨਹੀਂ ਕਿਹਦੇ ਕੋਲੇ ਪਹਿਲਾਂ ਦੁੱਖ ਸਾਂਝਾ ਕੀਤਾ ਨਹੀਂ ਅੱਜ ਤੱਕ ਮੈਂ ਕਿਸੇ ਕੋਲ ਸਾਂਝਾ ਨਹੀਂ ਕੀਤਾ ਬਸ ਮੈਂ ਆ ਹੀ ਕਹਿੰਦਾ ਸੀ ਯਾਰ ਮੇਰੇ ਤੋਂ ਕੰਮ ਨਹੀਂ ਹੋਇਆ ਮੈਂ ਕੰਮ ਕਰ ਨਹੀਂ ਸਕਿਆ ਬਸ ਮੈਂ ਅੱਜ ਤੱਕ ਹੀ ਅੱਜ ਪਹਿਲੀ ਵਾਰ ਮੈਂ ਸੱਚਾਈ ਇਹ ਗੱਲ ਦੱਸਾਂ ਦੱਸੀ ਆ ਤੁਹਾਨੂੰ ਤੇ ਕਈ ਵਾਰੀ ਕਿਉਂ ਜਾਂ ਐਦਾਂ ਦਾ ਮਿਲਿਆ ਜਿਹੜੇ ਕਹਿੰਦਾ ਹੋਵੇ ਮੌਂਟੀ ਤੇਰੇ ਗੀਤ ਕਰਾ ਦਿੰਨੇ ਆ ਤੈਨੂੰ ਸਟਾਰ ਬਣਾ ਦਾਂਗੇ ਜਾਂ ਕਿਸੇ ਨੇ ਲਾਰੇ ਲਾਏ ਹੋਣ ਬਹੁਤ ਮਿਲੇ ਜੀ ਲਾਰੇਆਂ ਵਾਲੇ ਮਿਲੇ ਅੱਜ ਤੱਕ ਇਸ ਤੋਂ ਪਹਿਲਾਂ ਮੈਂ ਕੁਝ ਕਹਿ ਨਹੀਂ ਸਕਦਾ ਜੋ ਵੀ ਹੋਊਗਾ ਪਰ ਮੈਨੂੰ ਸਭ ਤੋਂ ਪਹਿਲਾਂ ਇਹਨਾਂ ਜੋ ਵੀ ਮਿਲੇ ਆ ਨਾ ਲਾਰਿਆਂ ਵਾਲੇ ਮਿਲੇ ਅੱਛਾ ਕਿਹਨੇ ਜਿਆਦਾ ਮਤਲਬ ਮੌਂਟੀ ਨੇ ਕਿਹਾ ਵੀ ਆ ਤੈਨੂੰ ਗੀਤ ਕਰਾ ਦਈਏ ਤੈਨੂੰ ਗਾਣਾ ਕਰਾ ਦਿੰਨੇ ਆ ਤੈਨੂੰ ਸਟਾਰ ਬਣਾ ਦਾਂਗੇ ਤੇ ਬਾਅਦ ਚੋਂ ਬੰਦੇ ਲੱਭੇ ਹੀ ਨਹੀਂ ਇੰਡਸਟਰੀ ਦੇ ਵਿੱਚ ਜੇ ਸੋਚ ਕੇ ਦਾ ਸਾਰਿਆਂ ਨੇ ਧੋਖੇ ਹੀ ਦਿੱਤੇ ਆ ਜੀ ਮੈਨੂੰ ਅੱਜ ਤੱਕ ਮੈਨੂੰ ਕੋਈ ਬੰਦਾ ਮਿਲਿਆ ਸੀ 뮤ਜ਼ਿਕ ਡਾਇਰੈਕਟਰ ਸੀਗਾ ਮੈਨੂੰ ਕਹਿੰਦਾ ਯਾਰ ਤੂੰ ਤੇਰੀ ਵੋਕਲ ਵਧੀਆ ਵਾ ਤੂੰ ਮੇਰਾ ਭਰਾ ਵਾ ਤੇ ਕਹਿੰਦਾ ਮੈਂ ਤੇਰੇ ਗਾਣੇ ਰਿਕਾਰਡ ਕਰਦਾ ਠੀਕ ਆ ਮੈਂ ਕਹਾਂ ਵੀ ਚਲ ਠੀਕ ਆ ਮੈਂ ਮਹਾਰਾ ਇਹਦਾ ਸ਼ੁਕਰ ਗੁਜ਼ਾਰਾ ਕੀਤਾ ਮੈਂ ਕਹਾਂ ਸ਼ੁ크ਰਾ ਪ੍ਰਮਾਤਮਾ ਕੋਈ ਸਾਡੇ ਵੀ ਬਾਹ ਫੜਨ ਆ ਲਾ ਆ ਗਿਆ ਹਾਂ ਤੇ ਚਾਰ ਗਾਣੇ ਰਿਕਾਰਡ ਹੋ ਗਏ ਉਹਦੇ ਕੋਲ ਜਦੋਂ ਮੈਂ ਲੈਣ ਦੀ ਵਾਰੀ ਆਈ ਕਿ ਯਾਰ ਮੈਨੂੰ ਗਾਣੇ ਦੇ ਦਿਓ ਯਾਰ ਉਸ ਤੋਂ ਬਾਅਦ ਫੋਨ ਚੱਕਣਾ ਬੰਦ ਠੀਕ ਆ ਅੱਜ ਵੀ ਗਾਣੇ ਉਹਨਾਂ ਦੇ ਕੋਲ ਪਏ ਆ ਫੋਨ ਨਹੀਂ ਚੱਕਦੇ ਫੋਨ ਚ ਫੋਨ ਕਹਿੰਦੇ ਚੱਕਣਾ ਉਹਨਾਂ ਨੇ ਤਾਂ ਮੈਂ ਅੱਕ ਗਿਆ ਉਹਨਾਂ ਤੋਂ ਜਮਾ ਅੱਕ ਗਿਆ ਮੈਂ ਕਿਸੀ ਯਾਰ ਦੋਸਤ ਨੂੰ ਫੋਨ ਲਾਇਆ ਮੈਂ ਕਿਹਾ ਯਾਰ ਮੈਨੂੰ ਗਾਣੇ ਨਹੀਂ ਦਿੰਦੇ ਯਾਰ ਮੈਨੂੰ ਗਾਣੇ ਦੇ ਦੇਣਾ ਮੈਂ ਕੋਈ ਨਾ ਕੁਝ ਕਰ ਲਵਾਂ ਨਾ ਕਹਿੰਦੇ ਬਈ ਉਹਨਾਂ ਨੇ ਗਾਣੇ ਨਹੀਂ ਦੇਣੇ ਤੇਰੇ ਵੀ ਤੂੰ ਵੀ ਆਪਦਾ ਚੁੱਪ ਕਰਕੇ ਠੀਕ ਆ ਜਿਵੇਂ ਅੱਗੇ ਜ਼ਿੰਦਗੀ ਲੰਘੀ ਉਹਵੇਂ ਲੰਘਾਈ ਚੱਲ ਮੈਂ ਕਿਹਾ ਠੀਕ ਆ ਮੈਂ ਨਾ ਇੱਕ ਸਟੋਰੀ ਪਾਤੀ ਵੈਸੀ ਕਿ ਯਾਰ ਵੀ ਮਹਾਰਾਜ ਦੇਖੂਗਾ ਜੋ ਵੀ ਹੁੰਦਾ ਨਾ ਵੀ ਕੋਈ ਗਾਲ ਨਹੀਂ ਉਹ ਚ ਮੇਰੇ ਕੋਲ ਸਕਰੀਨਸ਼ਾਟ ਪਏ ਆ ਅੱਜ ਵੀ ਉਹਨਾਂ ਨੇ ਨਾ ਉਹਨਾਂ ਨੂੰ ਪਤਾ ਲੱਗਾ ਉਹ ਕਹਿੰਦੇ ਵੀ ਤੂੰ ਸਾਨੂੰ ਕਿਹਾ ਮੈਂ ਕਿਹਾ ਯਾਰ ਜੇ ਤੁਸੀਂ ਮੇਰੇ ਨਾਲ ਮਾੜੀ ਕੀਤੀ ਆ ਤਾਂ ਮੈਂ ਜਦੋਂ ਚੋਰ ਹੁੰਦਾ ਉਹਦੇ ਤਾਂ ਪੈਰ ਨਹੀਂ ਹੁੰਦੇ ਮੈਂ ਕਿਹਾ ਵੀ ਤੁਹਾਨੂੰ ਪਤਾ ਹੋਊਗਾ ਵੀ ਤੁਸੀਂ ਮੇਰੇ ਨਾਲ ਮਾਰੀ ਕੀਤੀ ਹੈ ਤਾਂ ਮੈਂ ਕਿਹਾ ਤੁਸੀਂ ਮੇਰੇ ਨਾਲ ਕੀਤੀ ਹੋਊਗੀ ਤਾਂ ਤੁਹਾਨੂੰ ਪਤਾ ਹੋਊਗਾ ਕਹਿੰਦੇ ਵੀ ਵੀ ਤੈਨੂੰ ਅਸੀਂ ਆਏ ਕਰਦਾਂਗੇ ਤੂੰ ਚੰਡੀਗੜ੍ਹ ਆ ਕੇ ਵਿਖਾਈ ਮੈਂ ਕਿਹਾ ਬਾਈ ਚੰਡੀਗੜ੍ਹ ਵੀ ਆਊਗਾ ਸਾਰੇ ਪਾਸੇ ਆਊਗਾ ਕਹਿੰਦੇ ਤੇਰੇ ਗੋਲੀ ਮਾਰਨੀ ਆ ਮੈਂ ਕਿਹਾ ਬਾਈ ਕੋਈ ਗੱਲ ਨਹੀਂ ਗੋਲੀ ਮਾਰ ਦੋ ਜੀ ਆਪਾਂ ਵੀ ਬਾਈ ਸਿੱਧੂ ਦੇ ਫੈਨ ਆ ਤੁਹਾਨੂੰ ਪਤਾ ਹੀ ਹੈ ਇਸ ਚੀਜ਼ ਦਾ ਹਨਾ ਸਾਰੀ ਦੁਨੀਆ ਹੀ ਫੈਨ ਆ ਚੱਲੀ ਗਈ ਗੱਲ ਤੇ ਮੈਨੂੰ ਕੁੜੀਆਂ ਤੋਂ ਫੋਨ ਲਵਾਏ ਗਏ ਬਲੈਕਮੇਲ ਕੀਤਾ ਗਿਆ ਮੈਨੂੰ ਕਹਿੰਦੇ ਵੀ ਤੂੰ ਤੇਰੇ ਤੇ ਕੇਸ ਕਰਦਾਂਗੇ ਤੈਨੂੰ ਐ ਕਰਦਾਂਗੇ ਥਾਣਿਆਂ ਚੋਂ ਫੋਨ ਲਵਾਏ ਗਏ ਤੇਰੇ ਤੇ ਰਿਪੋਰਟਾਂ ਹੋਈਆਂ ਚੰਡੀਗੜ੍ਹ ਹੂੰ ਤੇਰੇ ਤੇ ਰਿਪੋਰਟਾਂ ਹੋਈਆਂ ਵਾ ਤੂੰ ਇਹਨਾਂ ਦੇ ਇੰਨੇ ਪੈਸੇ ਦੇਣੀ ਆ ਖਾਲਾ ਕਿ ਪੈਸਿਆਂ ਦੀ ਕੋਈ ਗੱਲ ਨਹੀਂ ਹੋਈ ਹੂੰ ਠੀਕ ਆ ਮੈਂ ਕਹਾ ਵੀਰੇ ਜਿਵੇਂ ਥੋੜਾ ਜੀਮ ਆਂਦਾ ਨਾ ਉਵੇਂ ਤੁਸੀਂ ਕਰੋ ਹੂੰ ਪਰ ਪਹਿਲਾਂ ਮੈਨੂੰ ਲਿਖਣਾ ਨਹੀਂ ਸੀ ਆਉਂਦਾ ਉਹਨਾਂ ਦੀ ਇਸ ਕਰਤੂਤ ਨੇ ਮੈਥੋਂ ਮੈਨੂੰ ਲਿਖਣ ਲਾਤਾ ਠੀਕ ਆ ਅੱਜ ਮੈਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਕਿ ਮੈਨੂੰ ਲੱਗਦਾ ਕਿ ਮੇਰੇ ਜਿਹੜੇ ਲਿਖੇ ਹੋਏ ਗਾਣੇ ਆ ਨਾ ਉਹਨਾਂ ਦੇ ਚਪੇੜਾ ਵਾਂਗੂ ਵੱਜਣਗੇ ਠੀਕ ਆ ਤੇ ਜਦ ਕਦੇ ਸਟੇਜਾਂ ਤੇ ਵੀ ਠੱਕਾ ਕਰ ਦਿੰਦੇ ਆ ਲੋਕ ਨਵੇਂ ਕਲਾਕਾਰ ਦੇ ਨਾਲ ਕਰਦੇ ਆ ਜੀ ਜ਼ਰੂਰ ਕਰਦੇ ਆ ਜਦੋਂ ਕਈ ਵਾਰੀ ਮੈਂ ਗਾ ਰਿਹਾ ਹੁੰਨਾ ਤਾਂ ਕਈ ਵਾਰੀ ਸੌਂੜੀ ਬੰਦ ਕਰ ਦਿੰਦੇ ਆ ਠੀਕ ਹੈ ਮੇਰੇ ਮੇਰੇ ਪਿੰਡ ਮੇਰੇ ਪਿੰਡ ਖੁਦ ਹੋਇਆ ਜਗਰਾਤਾ ਮੈਨੂੰ ਪਹਿਲਾ ਟਾਈਮ ਦਿੰਦੇ ਸੀ ਉਹ ਪਹਿਲੇ ਜਗਰਾਤਾ ਵੀ ਹੁੰਦਾ ਸੀ ਵਧੀਆ ਹੁੰਦਾ ਸੀ ਜਦੋਂ ਮੈਂ ਪਤਾ ਵੀ ਦੁਨੀਆ ਕੁਝ ਬੰਦੇ ਹੁੰਦੇ ਇਦਾਂ ਦੇ ਪਿੰਡ ਦੇ ਵਿੱਚ ਸਾਰੇ ਚੌਣ ਵਾਲੇ ਨਹੀਂ ਹੁੰਦੇ ਜੀ ਜਨਰੇਟਰ ਬੰਦ ਕਰਦਾ ਤੇ ਸਾਰਾ ਕੁਝ ਹੀ ਬੰਦ ਹੋ ਗਿਆ ਜਨਰੇਟਰ ਜੋ ਲਾਈਟ ਹੀ ਇੰਨਾ ਕਿਸ ਬੰਦੇ ਤੇ ਜੈਲ ਸੀ ਪਿੰਡ ਦੇ ਲੋਕ ਕਿਉਂ ਕਰਦੇ ਸੀ ਮੈਨੂੰ ਇਸ ਚੀਜ਼ ਦਾ ਪਤਾ ਨਹੀਂ ਲੱਗਾ ਪ੍ਰਮਾਤਮਾ ਨੇ ਹਾਲਾਂਕਿ ਕਲਾਕਾਰਾਂ ਦਾ ਪਿੰਡ ਦੇ ਬਹੁਤ ਸਾਥ ਦਿੰਦੇ ਆ ਕਈ ਕਲਾਕਾਰ ਖੁੱਲ ਕੇ ਦੱਸਦੇ ਆ ਵੀ ਸਾਨੂੰ ਪਿੰਡਦਿਆਂ ਨੇ ਬਹੁਤ ਹਿੱਟ ਕੀਤਾ ਪਰ ਮੌਂਟੀ ਨਾਲ ਐਸਾ ਕੀ ਉਹਨੇ ਮਾੜਾ ਕਰਤਾ ਦਿੰਦੇ ਆ ਸਾਥ ਦਿੰਦੇ ਆ ਪਰ ਜਿਹੜੇ ਗਾਉਂਦੇ ਆ ਨਾ ਖੁਦ ਗਾਉਂਦੇ ਆ ਉਹ ਬੰਦੇ ਇਹ ਕੰਮ ਕਰਦੇ ਆ ਠੀਕ ਹੈ ਬਾਕੀ ਸਾਰੇ ਬਹੁਤ ਸਹਿਯੋਗ ਦਿੰਦੇ ਆ ਮੇਰੇ ਪਿੰਡ ਸੇਖਵਾ ਦੇ ਵਧੀਆ ਸਹਿਯੋਗ ਦਿੰਦੇ ਆ ਮੇਰੇ ਗਾਣਿਆਂ ਨੂੰ ਲਾਈਕ ਕਰਦੇ ਆ ਪਿਆਰ ਕਰਦੇ ਆ ਠੀਕ ਹੈ ਪਰ ਕੁਝ ਬੰਦੇ ਆ ਜਿਹੜੇ ਟਿਚਰਾਂ ਕਰਦੇ ਆ ਕਿਉਂਕਿ ਉਹੀ ਗੱਲ ਕੀ ਅੱਧਾ ਪਿੰਡ ਹੁੰਦਾ ਇਸ ਪਾਸੇ ਤੇ ਅੱਧਾ ਪਿੰਡ ਹੁੰਦਾ ਇਸ ਪਾਸੇ ਅੱਧਾ ਪਿੰਡ ਦਿੰਦਾ ਵੱਲੋਂ ਸਾਫ ਚੱਕਦਾ ਹਾਂ ਤੇ ਅੱਧਾ ਪਿੰਡ ਮਿੱਤਰਾਂ ਤੋਂ ਮੱਚਿਆ ਪਿਆ ਉਹ ਗੱਲ ਹੋ ਜਾਂਦੀ ਹੈ ਹਨ ਕਈਆਂ ਨੂੰ ਤਾਂ ਹੁਣ ਆਏ ਆ ਕਿ ਇਹ ਚੱਲਣ ਜਾਵੇ ਯਾਰ ਕਿਤੇ ਤਰੱਕੀ ਨਾ ਕਰ ਜਾਵੇ ਮੈਨੂੰ ਦਿਹਾੜੀਆਂ ਕਰਦੇ ਨੂੰ ਵੇਖ ਕੇ ਇੰਨਾ ਕੁ ਖੁਸ਼ ਹਾਂ ਕਿ ਤੁਸੀਂ ਸੋਚ ਨਹੀਂ ਸਕਦੇ ਹਾਲਾਂਕਿ ਮੈਂ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਮੋਂਟੀ ਖੜਨ ਵਾਲਾ ਮੈਂ ਕਹਿੰਦਾ ਨਾ ਪ੍ਰਮਾਤਮਾ ਨੂੰ ਜਾਣ ਦੇਣੀ ਹੈ ਠੀਕ ਹੈ ਇੱਕ ਵਾਰੀ ਜਾਣ ਦੇਣੀ ਆਪਾਂ ਦੁਨੀਆ ਤੇ ਆਈਆਂ ਚੰਗੇ ਕਰਮ ਕਰੋ ਠੀਕ ਤੇ ਕਿੰਨੀਆਂ ਇੱਕ ਟੀਚਰਾਂ ਲੋਕ ਕਰਦੇ ਆ ਤੇ ਉਦੋਂ ਕੀ ਮਨ ਤੇ ਮਹਿਸੂਸ ਹੁੰਦਾ ਵੀ ਇਹ ਗੱਲ ਦਾ ਜਿਹੜਾ ਇਹ ਗੱਲ ਦੇ ਵਿੱਚ ਮੈਨੂੰ ਫੰਦੇ ਵਰਗੀਆਂ ਲੱਗਦੀਆਂ ਗਾਲਾਂ ਕਦੋਂ ਲਾਉਂਗਾ ਕਈ ਬਰੀ ਤੁਰਿਆ ਜਾਂਣਾ ਨਾ ਕਹਿੰਦੇ ਆ ਜਾਂਦਾ ਸਾਡੇ ਪਿੰਡ ਦਾ ਸਿੰਗਰ ਹੂੰ ਡੱਬਾ ਟਿਪੋਂ ਹੱਥ 'ਚ ਹੁੰਦਾ ਸਾਬਾ ਮੋਢੇ 'ਤੇ ਹੁੰਦਾ ਉਹੋ ਜਿਹੀ ਲੁੱਕ ਬਣਾ ਕੇ ਜਾਣੀ ਪੈਂਦੀ ਬੰਦੇ ਨੂੰ ਹਣ ਤੇ ਉਦੋਂ ਸੋਚੀਦਾ ਕਿ ਕੋਈ ਕੋਈ ਗੱਲ ਨਹੀਂ ਪ੍ਰਮਾਤਮਾ ਥੋੜੀ ਜ਼ੁਬਾਨ ਸਲਖਣੀ ਕਰੇ ਹੂੰ ਜੇ ਤੁਸੀਂ ਮੈਨੂੰ ਵੱਡਾ ਸਿੰਗਰ ਕਹਿ ਤਾ ਨਾ ਹੂੰ ਤੇ ਵਾਦਾ ਵਾ ਤੁਹਾਡੇ ਨਾਲ ਇੱਕ ਨਾ ਇੱਕ ਦਿਨ ਬਣ ਕੇ ਵਿਖਾਵਾਂ ਠੀਕ ਵੈਸੇ ਤਾਨੇ ਕਹਿੰਦੇ ਵੀ ਦਵਾਈ ਵਰਗੇ ਹੁੰਦੇ ਆ ਹਾਂ ਮਤਲਬ ਕਿਸੇ ਦਿਨ ਬੰਦੇ ਨੂੰ ਨਿਸ਼ਾਨੇ ਤੇ ਪਹਤਾ ਦਿੰਦੇ ਆ ਹੁੰਦੇ ਆਈ ਮੈਂ ਇਹਨਾਂ ਨੂੰ ਅਕਸੈਪਟ ਕਰਦਾ ਵਾਂ ਇਹ ਨਹੀਂ ਗੱਲ ਉਹਦੇ ਸਾਡੇ ਪਿੰਡ ਦੇ ਕੋਲੀਆ ਮਨਸੂਰ ਦੇ ਵਾ ਉੱਥੇ ਤਕੜੇ ਤਕੜੇ ਸਿੰਗਰ ਆਏ ਸੀ ਕਿ ਜੀਖਣ ਵਗੈਰਾ ਗੁਲਾਬ ਸਿੱਧੂ ਹੋਣੀ ਸੀ ਉੱਥੇ ਮੈਂ ਟਾਈਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੀ ਬੈਠਾ ਰਹਾ ਟਾਈਮ ਨਹੀਂ ਮਿਲਿਆ ਉੱਥੇ ਪਰ ਉੱਥੋਂ ਮੈਂ ਇਹਨਾ ਵੀ ਮੈਂ ਕਦੇ ਨਾਰਾਜ਼ ਹੋ ਕੇ ਨਹੀਂ ਆਇਆ ਜੇ ਮੈਨੂੰ ਟਾਈਮ ਮਿਲ ਗਿਆ ਤਾਂ ਮੈਂ ਖੁਸ਼ ਨਹੀਂ ਹੁੰਦਾ ਜੇ ਮੈਨੂੰ ਨਾ ਮਿਲਿਆ ਤਾਂ ਮੈਂ ਨਾਰਾਜ਼ ਨਹੀਂ ਹੁੰਦਾ ਠੀਕ ਹੈ ਠੀਕ ਹੈ ਮੈਨੂੰ ਆਏ ਹੁੰਦਾ ਕਿ ਯਾਰ ਕੋਈ ਗੱਲ ਨਹੀਂ ਨਹੀਂ ਟਾਈਮ ਮਿਲਿਆ ਨਾ ਪਤਾ ਨਹੀਂ ਆਪਾਂ ਨੂੰ ਅਗਲੀ ਵਾਰ ਇਸ ਸਟੇਜ ਤੇ ਆਪਾਂ ਨੂੰ ਬੋਕੀ ਕਰ ਲੈ ਇੱਕ ਸੋਚ ਹੁੰਦੀ ਬੰਦੀ ਠੀਕ ਹੈ ਜੀ ਇਹ ਗੱਲ ਜਦੋਂ ਸਟਾਰਟਿੰਗ ਦੇ ਵਿੱਚ ਮੂਸੇ ਵਾਲੇ ਦਾ ਵੀ ਕਰੀਅਰ ਸੀ ਵੀਰ ਦਾ ਉਹ ਅੱਜ ਸਾਡੇ ਵਿੱਚ ਨਹੀਂ ਹੈ ਉਹਦੇ ਨਾਲ ਵੀ ਇਦਾਂ ਦੇ ਵਾਪਰੇ ਆ ਵੀ ਉਹਦੇ ਹੱਥਾਂ 'ਚ ਮਾਈਕ ਖੋਇਆ ਜਾਂਦਾ ਸੀ ਤੇ ਪਰ ਉਹੀ ਲੋਕ ਉਹਦੇ ਹੱਥਾਂ 'ਚ ਮਾਈਕ ਫੜਾਉਂਦੇ ਸੀ ਮੁਸ਼ਾਲੇ ਬਾਈ ਦੀ ਗੱਲ ਕਰਗੇ ਤਾਂ ਮੈਂ ਦਿਲੋਂ ਰਿਸਪੈਕਟ ਕਰਦਾ ਜਦੋਂ ਦੇ ਬਾਈ ਹੁਣੀ ਇੰਡਸਟਰੀ ਦੇ ਵਿੱਚ ਆਏ ਹਨ ਮੈਂ ਦਿਲੋਂ ਪਿਆਰ ਕਰਦਾ ਦਿਲੋਂ ਲਾਈਕ ਕਰਦਾ ਉਹਨਾਂ ਨੂੰ ਅੱਜ ਵੀ ਮੈਂ ਰਹਿਂਦੀ ਦੁਨੀਆ ਤੱਕ ਮੇਰੇ ਹਿਸਾਬ ਨਾਲ ਮੈਂ ਉਹਨਾਂ ਨੂੰ ਸੁਣੂਗਾ ਠੀਕ ਹੈ ਇੰਨਾ ਕ ਜਿਆਦਾ ਮੈਂ ਪਿਆਰ ਕਰਦਾ ਜਦੋਂ ਬਾਈ ਹੁਣਾਂ ਦੀ ਡੈਥ ਹੁੰਦੀ ਹੈ ਨਾ ਠੀਕ 2 ਦਿਨ ਬਾਅਦ ਮਤਲਬ ਕਿ 29 ਨੂੰ 2 ਤਰੀਕ ਨੂੰ ਜਾਣਾ ਸੀ ਅਸੀਂ ਬਾਈ ਨੂੰ ਮਿਲਣਾ ਠੀਕ ਹੈ ਤੇ ਮੈਂ ਕਿਤੋਂ ਆਇਆ ਸੀਗਾ ਤੇ ਮੈਂ ਪਹੇ ਗਿਆ ਕਿ ਤੇ ਮੈਨੂੰ ਕਹਿੰਦੇ ਯਾਰ ਬਾਈ ਜੇ ਗੋਲੀਆਂ ਵੱਜ ਗਈਆਂ ਤਾਂ ਮੈਂ ਕਹਾਂ ਛੋਟੇ ਨੂੰ ਕੁਝ ਨਹੀਂ ਹੁੰਦਾ ਮੈਂ ਕਹਾਂ ਬਧੇਰਾ ਕੁਝ ਹੁੰਦਾ ਰਹਿੰਦਾ ਉਹ ਕਹਿੰਦੇ ਨਹੀਂ ਯਾਰ ਤੈਨੂੰ WhatsApp ਤੇ ਲਿੰਕ ਭੇਜਿਆ ਜਦੋਂ ਮੈਂ ਖੋਲ ਕੇ ਵੇਖਿਆ ਨਾ ਤੇ ਮੈਂ ਰੋਇਆ ਨਹੀਂ ਮੈਂ ਐਮੈਂ ਤੁਹਾਨੂੰ ਕਹੀ ਆ ਮੈਂ ਬਹੁਤ ਰੋਇਆ ਜਾਂ ਕਿਵੇਂ ਵੀ ਆ ਮੈਨੂੰ ਮਾਈਗਰੇਨ ਹੋ ਗਈ ਸੀ ਸਾਡੇ ਪਿੰਡ ਵਾਲੇ ਡਾਕਟਰ ਇਸ ਗੱਲ ਦਾ ਗਵਾਹ ਆ ਮੇਰੇ ਕੋਲ ਰਿਪੋਰਟਾਂ ਪਈਆਂ 15 ਦਿਨ ਮਾਈਗਰੇਨ ਹੁੰਦੀ ਆ ਕਿ ਮੈਂ ਸੌ ਜਾਂਦਾ ਹੀ ਮੇਰਾ ਦਿਮਾਗ ਨਹੀਂ ਸੀ ਸੌਂਦਾ ਤੇ ਜਦੋਂ ਘਰ ਦੇ ਪਰੇਸ਼ਾਨ ਹੋ ਗਏ ਵੀ ਮੇਰਗਾ ਸਿਸਟਰ ਨੂੰ ਫੋਨ ਲਾਇਆ ਗਿਆ ਵੀ ਇਹਨੂੰ ਸਮਝਾਓ ਕੁਛ ਵੀ ਕੋਈ ਗੱਲ ਨਹੀਂ ਜੋ ਚਲਾ ਗਿਆ ਤਾਂ ਵੀ ਇਨੀ ਟੈਨਸ਼ਨ ਨਾਲ ਹੈ ਪਰ ਮੈਂ ਸੋਚੀ ਗਿਆ ਕਿ ਨਹੀਂ ਯਾਰ ਬਈ ਕਿਉਂ ਬੰਦਾ ਚਲਾ ਗਿਆ ਯਾਰ ਮੈਂ ਤਾਂ ਦਿਲੋਂ ਪਿਆਰ ਕਰਦਾ ਤੇ ਮੈਂ ਸ਼ੁਰੂ ਤੋਂ ਹੀ ਬਾਈ ਦੀ ਖਾਤਰ ਲੜਦਾ ਹੀ ਆਇਆ ਹੁਣ ਬੱਬੂ ਮਾਨ ਦੇ ਨਾਲ ਕੰਟਰੋਵਰਸੀ ਕਰੀ ਜਾਂਦੇ ਸੀ ਬੱਬੂ ਮਾਨ ਦਾ ਤੇ ਬਈ ਸਿੱਧੂ ਦਾ ਤਾਂ ਕੋਈ ਮੁਕਾਬਲਾ ਹੀ ਹੈ ਨਹੀਂ ਉਹਦੇ ਤੇ ਕੰਪੈਰੀਜਨ ਵਿੱਚ ਹੈ ਹੀ ਨਹੀਂ ਕੋਈ ਕਹਿੰਦੇ ਸੀਗੇ ਵੀ ਬੱਬੂ ਮਾਨ ਲੈ ਜਾਣਾ ਮੈਂ ਕਿਹਾ ਬਈ ਉਹ ਲੈਜੈਂਡ ਨਹੀਂਗਾ ਉਹ ਕਮਾਦਾ ਵਾਲੇ ਬੰਦੇ ਆ ਯਾਰ ਉਹ ਕਮਾਦਾ ਵਾਲੇ ਬੰਦੇ ਆ ਉਹ ਕਮਾਦਾ ਚ ਵਾਰ ਲਓ ਤੇ ਕੱਢ ਲਓ ਉਹ ਬੰਦੇ ਆ ਉਹ ਇਹ ਬੰਦੇ ਦੇ ਗੀਤ ਆਪਾਂ ਨੂੰ ਕਿਉਂ ਪਸੰਦ ਆ? ਕਿਉਂਕਿ ਉਹਦੇ ਅਣਖੀ ਆ ਗਾਣੇ। ਆਪਣਾ ਵੀ ਅਣਖੀ ਬਲੱਡ ਆ ਤਾਂ ਆਪਾਂ ਉਸ ਬੰਦੇ ਨੂੰ ਲਾਈਕ ਕਰਦੇ ਆ ਜਿਹੜਾ ਬੰਦਾ ਨੂੰ ਪਿਆਰ ਨਹੀਂ ਵੀ ਕਰਦਾ ਸੀ ਨਾ। ਉਹ ਵੀ ਅੱਜ ਉਸ ਬੰਦੇ ਦੀਆਂ ਫੋਟੋ ਦੇ ਅੱਗੇ ਮੱਥਾ ਟੇਕਦਾ ਸਰਚ ਪਾਉਂਦਾ। ਤੁਹਾਨੂੰ ਲੱਗਦਾ ਵੀ ਜਿਹੜੀ ਬੱਬੂ ਮਾਨ ਜਾਂ ਸਿੱਧੂ ਮੂਸੇ ਵਾਲਾ ਜਾਂ ਹੋਰ ਕਲਾਕਾਰਾਂ ਦੀ ਕੰਟਰੋਵਰਸੀ ਹੈ ਇਹ ਆਮ ਲੋਕਾਂ ਨੂੰ ਇਹਦੇ ਵਿੱਚ ਨਹੀਂ ਪੈਣਾ ਚਾਹੀਦਾ। ਕਿਉਂ ਕਲਾਕਾਰਾਂ ਦੀਆਂ ਇੰਨਾਂ ਗੱਲਾਂ ਨੂੰ ਲੈ ਕੇ ਆਪਸ ਦੇ ਵਿੱਚ ਸਿੰਘ ਫਸਾ ਲੈਂਦੇ ਨੇ। ਪਤਾ ਗੱਲ ਕੀ ਆ। ਉਹੀ ਗੇਮ ਚਮਚੇ ਚਟਟੇ ਕਹਿ ਸਕਦੇ ਆਪਾਂ ਚਮਟੇ ਨਹੀਂ ਚਮਚੇ ਹੁੰਦੇ ਜਿਹੜੇ ਚਮਚੇ ਹੁੰਦੇ ਆ ਨਾ ਜਿਹੜੇ ਉਹ ਐਵੇਂ ਜਾਨੀ ਕਿ ਫੂਕ ਭਰੀ ਜਾਂਦੇ ਰਹਿੰਦੇ ਆ ਹੁਣ ਬੱਬੂ ਮਾਨ ਦੇ ਗਾਣੇ 'ਚ ਹੈ ਤਾਂ ਨਹੀਂ ਕੋਈ ਕੁੱਛ ਨਾ ਠੀਕ ਆ ਮੇਰਾ ਗਮ ਕੈ ਸਟਾਈ ਸੀਗੀ ਆਪਾਂ ਮੰਨਦੇ ਚਲੋ ਠੀਕ ਆ ਆਈ ਸੀ ਪਰ ਉਹਦੇ ਗਾਣੇ 'ਚ ਹੈ ਹੀ ਕੁਛ ਨਹੀਂ ਤਤ ਹੈ ਹੀ ਨਹੀਂ ਇਸ ਬੰਦੇ ਦੇ ਕਿੰਨੇ ਇਤਿਹਾਸ ਗੀਤ ਬਲਵਿੰਦਰ ਚਟਾਣੇ ਬਾਰੇ ਕੌਣ ਜਾਣਦਾ ਸੀ ਜਾਣਦਾ ਸੀ ਉਸ ਬੰਦੇ ਨੂੰ ਪਹਿਲਾਂ ਸਰਕਾਰ ਅਤਵਾਦੀ ਕਹਿ ਰਹੀ ਸੀਗੀ ਤੇ ਇਸ ਬੰਦੇ ਨੇ ਸ਼ਹੀਦਾਂ ਦੇ ਵਿੱਚ ਨਾਮ ਕਰਵਾਤਾ ਇਸ ਬੰਦੇ ਦੀ ਸੋਚ ਦਾ ਕੋਈ ਮੁਕਾਬਲਾ ਨਹੀਂ ਸੀ ਕੋਈ ਤੋੜ ਨਹੀਂ ਸੀ ਗਿਆ ਇਹਨੂੰ ਮਾਰਨ ਤੋਂ ਬਿਨਾ ਕੋਈ ਹੱਲ ਹੀ ਨਹੀਂ ਸੀ ਗਿਆ ਇਹਨੇ ਤਾਂ ਸਬਜੀ ਵਿੱਚ ਲਾ ਦੇਣਾ ਇਹ ਸਿੰਗਰਾਂ ਨੂੰ ਸਾਰੇ ਸਿੰਗਰਾਂ ਸਾਰੀ ਇੰਡਸਟਰੀ ਨੂੰ ਜੇ ਇਹ ਬੰਦਾ ਜਿਉਂਦਾ ਰਹਿ ਜਾਂਦਾ ਇਹ ਬੰਦੇ ਨੂੰ ਮਾਰਨ ਤੋਂ ਬਿਨਾ ਕੋਈ ਹੱਲ ਨਹੀਂ ਸੀ ਕੀ ਤੁਹਾਨੂੰ ਲੱਗਦਾ ਹੈ ਵੀ ਜਿਹੜੀ ਇੰਡਸਟਰੀ ਹੈ ਜਿਸ ਤਰ੍ਹਾਂ ਤੁਸੀਂ ਗੱਲਬਾਤ ਕੀਤੀ ਹੈ ਵੀ ਮੂਸੇ ਵਾਲੇ ਦੇ ਕਾਤਲ ਹੋ ਸਕਦੇ ਆ ਇੰਡਸਟਰੀ ਬਾਈ ਕਿਉਂ ਨਹੀਂ ਮਰਵਾਇਆ ਹੀ ਉਹਨਾਂ ਨੇ ਕੌਣ ਨਹੀਂ ਛੱਡਦਾ ਸੀ ਉਹ ਤੋਂ ਕੌਣ ਨਹੀਂ ਛੱਡਦਾ ਸਾਰੇ ਮੱਚਦੇ ਸੀਗੇ ਕਉਂਕੀ ਸਭ ਤੋਂ ਤਗੜੀਆਂ ਸਟੇਜਾਂ ਲਾਉਣੀਆਂ ਕੋਈ ਖਾਲਾ ਹੀ ਦਾ ਵੜਾ ਨਹੀਂ ਇੱਕ ਨੰਬਰ ਤੇ ਸੀ ਠੀਕ ਹੈ ਮੇਰੇ ਸਾਹ ਨਾਲ ਬੱਬੂ ਮਾਣੂ ਹੋਣੀ ਮੇਰੇ ਸਾਹ ਨਾਲ ਡ੍ਰੇਕ ਨੂੰ ਮੈਨ ਲਈ ਤਰਸਦੇ ਹੋਣਗੇ ਤਾਂ ਡ੍ਰੇਕ ਇਹਨੂੰ ਫੋਲੋ ਕਰਦਾ ਸੀ ਹੁਣ ਉਸ ਬੰਦੇ ਨੂੰ ਮਰਵਾਉਣ ਨਾ ਤੇ ਹੱਲ ਕੀ ਹੈ ਅੱਛਾ ਕੋਈ ਗੀਤ ਜਿਹੜਾ ਮੂਸੇ ਵਾਲੇ ਦਾ ਤੁਹਾਡੇ ਦਿਲ ਦੇ ਕਰੀਬ ਹੋਵੇ ਸਾਰੇ ਗਾਣੀਆਂ ਬਈ ਜਿਹੜਾ ਮਰਜੀ ਕੋਈ ਇੱਕ ਸੁਣਾਓ ਹਉ ਤੇਰੇ ਵੇਦਿਆ ਵੇਦਿਆ ਦੌਰ ਬਦਲਤਾ ਗੱਭਰੂ ਨੇ ਹੈ ਆ ਪੈਦਾ ਨਹੀਂ ਕੋਈ ਵਕਤ ਬੋਲ ਕੇ ਗਾਲੇ ਦਾ ਉਹ ਜੋਰ ਬਿਨਾ ਪਟਾ ਤੇ ਥਾਪੀ ਵੱਜਦੀ ਨਾ ਹੰਕਾਰ ਨਹੀਂ ਹੈ ਰਤਬਾ ਮੁਸੇ ਆਏ ਦਾ ਆ ਜਿਗਰੇ ਸਿਰ ਤੇ ਚੋਬਰ ਟੁੱਟ ਟੁੱਟ ਪੈਂਦਾ ਹੈ ਹਟਾਈ ਪੂਣੀ ਜੋ ਬੁਰਕ ਦੇ ਰਹਿੰਦੇ ਚੋਕਾ ਤੇ ਹ ਹ ਕੁਝ ਕੁ ਵਕਤ ਲਈ ਹਥਾਂ ਕੀ ਹਥਿਆਰ ਛੱਡੇ ਆ ਆ ਤਬ ਗਿਆ ਜੱਟ ਵਹਿਮ ਪਾਲ ਲਿਆ ਲੋਕਾਂ ਹਾਲੇ ਹੋ ਹ ਸੱਚ ਇੱਕ ਗੱਲ ਮੈਂ ਹੋਰ ਕਹਿਣੀ ਚਾਹਣਾ ਇਕਨਾਂ ਮੇਂ ਸ਼ੋਅ ਦੇਖਿਆ ਸੀਗਾ ਬੱਬੂ ਮਾਨ ਦਾ ਹੁਣ ਇਹ ਇਹ ਨਾ ਕਹਿਣ ਕਿ ਬੱਬੂ ਮਾਨ ਦੀ ਕਿਉਂਕਿ ਮੈਂ ਗੱਲ ਹੀ ਜਿਹੜੀ ਮੈਨੂੰ ਵਧੀਆ ਲੱਗਦੀ ਗੱਲ ਮੈਂ ਵਧੀਆ ਕਰਦਾ ਜਿਹੜੀ ਮੈਨੂੰ ਘਟੀਆ ਲੱਗਦੀ ਉਹ ਮੈਂ ਘਟੀਆ ਕਰਦਾ ਬੱਬੂ ਮਾਨ ਦੇ ਸਾਰਿਆਂ ਨੂੰ ਪਤਾ ਕਿੰਨੇ ਗੀਤ ਆਏ ਇਦਾਂ ਦੇ ਹਨ ਕਮਾਦਾਂ ਵਾਲੇ ਜਾਂ ਪਿੱਗਾਂ ਵਾਲੇ ਕਿੰਨੇ ਗੀਤ ਆਏ ਹਨ ਕੋਈ ਨਾ ਦੋ ਕੁੜੀਆਂ ਇਹਦੇ ਨਾਲ ਫੋਟੋ ਖਿਚਾਉਣ ਜਾਵੜੀਆਂ ਸ਼ੋਅ ਦੇ ਵਿੱਚ ਤਾਂ ਕੋਈ ਜਿਹੜੇ ਥੱਲੇ ਖੜੇ ਸੀਗੇ ਉਹ ਸੀਟੀਆਂ ਮਾਰਦੇ ਸੀਗੇ ਹਨਾ ਸੀਟੀਆਂ ਉਹ ਜ਼ਰੂਰੀ ਨਹੀਂ ਕਿ ਕੁੜੀਆਂ ਨੂੰ ਵੇਖ ਕੇ ਮਾਰਦੇ ਹੋਣਾ ਇਹ ਥਿੰਕਿੰਗ ਆ ਬੰਦੇ ਦੀ ਤੋ ਉਹਨਾਂ ਨੂੰ ਪਤਾ ਕੀ ਆਖਿਆ ਬੱਬੂ ਮਾਨ ਨੇ ਕਹਿੰਦਾ ਘਰੇ ਜਾ ਕੇ ਮਾਰਿਆ ਕਰੋ ਸਿੜੀਆਂ ਘਰੇ ਥੋੜੇ ਹੈਗੀਆਂ ਭੈਣਾ ਮਾਵਾ ਹੈਗੀਆਂ ਥੋੜੇ ਘਰੇ ਤਾਂ ਮੈਨੂੰ ਬੜੀ ਮਾੜੀ ਗੱਲ ਲੱਗੀ ਮੈਂ ਕਹਾ ਯਾਰ ਫੇਰ ਕੀ ਹੋ ਗਿਆ ਉਦੋਂ ਇਹਨੂੰ ਮਾਵਾ ਭੈਣਾ ਦਾ ਜਾਂ ਧੀਆਂ ਦਾ ਚੇਤਾ ਨਹੀਂ ਆਉਂਦਾ ਜਦੋਂ ਬੰਦਾ ਕਹਿੰਦਾ ਵੀ ਪਹਿਲਾ ਪੈਗ ਲਾ ਕੇ ਤੇਰੀ ਬਾਹ ਫੜਨੀ ਠੀਕ ਆ ਉਦੋਂ ਇਹਨੂੰ ਚੇਤਾ ਨਹੀਂ ਆਉਂਦਾ ਕਿ ਧੀਆਂ ਭੈਣਾਂ ਲਈ ਇਹ ਗਾਣੇ ਚੰਗੇ ਨਹੀਂ ਕਿ ਮੈਂ ਧੀਆਂ ਭੈਣ ਨੂੰ ਕਮਾਦਾਂ ਦੇ ਵਿੱਚ ਭੇਜਦਾ ਉਦੋਂ ਇਹਨੂੰ ਪਤਾ ਨਹੀਂ ਲੱਗਦਾ ਹੋਰ ਤੁਸੀਂ ਇੰਡਸਟਰੀ ਦੇ ਬਾਰੇ ਬੱਬੂ ਮਾਨ ਬਾਰੇ ਬੱਬੂ ਮਾਨ ਨੂੰ ਹੀ ਲੈ ਕੇ ਕ੍ਰਿਟੀਸਾਈਜ਼ ਕਿਉਂ ਇੰਨਾ ਕਰ ਰਹੇ ਹੋ ਬੱਬੂ ਮਾਨ ਦੇ ਨਾਲ ਹੀ ਤੁਹਾਡੀ ਕਿਉਂ ਇੰਨੀ ਲੱਗਦਾ ਹੈ ਕਿ ਬੱਬੂ ਮਾਨ ਨੇ ਹੀ ਸਾਰਾ ਸਮਾਜ ਨੂੰ ਵਿਗਾੜਿਆ ਹੋਇਆ ਪਤਾ ਗੱਲ ਕੀ ਆ ਜਦੋਂ ਬੰਦੇ ਨੇ ਪੈਸਾ ਕਮਾ ਲੈਣਾ ਹਮ ਕੁਝ ਗਾਣੇ ਉਦਾਂ ਦੇ ਗਾ ਕੇ ਕੋਈ ਮੈਂ ਮੰਨਦਾ 4% ਆਈ ਵੀ ਹੋਣਗੇ ਗਾਣੇ ਕੋਈ ਵਧੀਆ ਗਾਣੇ ਆਈ ਵੀ ਹੋਣਗੇ ਮੈਂ ਮੰਨਦਾ ਇਹਨਾਂ ਚੀਜ਼ਾਂ ਨੂੰ ਪਰ ਰੌਲਾ ਕੀ ਆ ਕਿ ਜੇਕਰ ਸੋਚਿਆ ਜਾਵੇ ਪਹਿਲਾਂ ਜਵਾਨੀ ਵਾਲੀ ਉਮਰ ਸੀ ਇਹਦੀ ਠੀਕ ਆ ਜਵਾਨੀ ਦੇ ਵਿੱਚ ਜਿੰਨਾ ਵੀ ਕੁਛ ਕਰਨਾ ਸੀ ਇਹਨੇ ਜੋ ਵੀ ਗਾਣੇ ਗਾਉਣੇ ਸੀ ਗਾ ਦਿੱਤੇ ਅੱਜ ਇਹ ਬੰਦਾ ਸਮਝੌਤੇ ਦੇ ਰਿਹਾ ਸਟੈਂਡ ਕਿਉਂ ਨਹੀਂ ਰੱਖਦਾ ਸਟੈਂਡ ਰੱਖੇ ਮੂਸੇ ਵਾਲੇ ਦਾ ਸਟੈਂਡ ਸੀ ਉਹ ਬੰਦਾ ਜੇ ਕਹਿੰਦਾ ਸੀ ਨਾ ਕਿ ਮੈਂ ਵਰਦਿਆਂ ਦੇ ਵਿੱਚ ਭਾਜ ਦਾਣੀ ਤੋਂ ਭੱਜਿਆ ਨਹੀਂ ਇਹ ਬੰਦੇ ਦਾ ਮੈਂ ਕਹਿੰਦਾ ਸਟੈਂਡ ਰੱਖੇ ਕੋਈ ਵੀ ਬੰਦਾ ਜੇ ਮੈਂ ਗਾਣਾ ਗਾਤਾ ਨਾ ਉਹ ਉਹ ਬੰਦੇ ਮੈਂ ਗਾਣਾ ਗਾਤਾ ਵੀ ਮੈਂ ਹਥਿਆਰ ਆ ਗਾਣਾ ਗਾਇਆ ਮੈਂ ਤਾਂ ਮੈਂ ਉਹਦਾ ਰੱਖੂਗਾ ਜੇ ਮੈਂ ਸੋਚ ਲਿਆ ਕਿ ਮੈਂ ਗਾਣਾ ਕੋਈ ਗਾ ਦਿੱਤਾ ਠੀਕ ਆ ਵੀ ਗਾਣਾ ਮੈਂ ਗਾ ਦਿੱਤਾ ਮੈਂ ਉਹਦੇ ਤੇ ਅਟਲ ਰਹੂੰਗਾ ਕਿ ਹਾਂ ਯਾਰ ਮੈਂ ਦਿਲੋਂ ਆਇਆ ਸੱਚੇ ਦਿਲੋਂ ਆਇਆ ਠੀਕ ਆ ਪਰ ਇਹ ਬੰਦਾ ਕਹਿ ਰਿਹਾ ਹਥਿਆਰਾਂ ਚ ਹੁਣ ਕੁਛ ਨਹੀਂ ਪਿਆ ਠੀਕ ਆ ਲੰਗਰ ਲਾਓ ਠੀਕ ਆ ਸਾਰੀ ਉਮਰ ਹੋ ਗਈ ਯਾਰ ਦਾੜੀ ਮੋਛ ਰੱਖੋ ਯਾਰ ਸਰਦਾਰ ਬਣੋ ਠੀਕ ਆ ਫੇਰ ਸਮਝੌਤੇ ਦਿਓ ਠੀਕ ਆ ਜੀ ਤੇ ਹੋਰ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹਾਂ ਜਿਹੜੇ ਤੁਹਾਨੂੰ ਦੇਖ ਰਹੇ ਨੇ ਉਹਨਾਂ ਲਈ ਇੱਕ ਗੀਤ ਜਾਂਦੇ ਜਾਂਦੇ ਕੋਈ ਉਹਨਾਂ ਲਈ ਗਾਣਾ ਮੈਂ ਬਾਈ ਦਾ ਹੀ ਸੁਣਾਵਾਂ ਗਾਣਾ ਮੈਂ ਹੋ ਜੜੇ ਰੰਨਾ ਦੇ ਸਿਲਕ ਮਰਦੇ ਹਾਨੀ ਮੈਂ ਅਸਲੇ ਤੇ ਗੋਲਾ ਦੇ ਨੀ ਹੋ ਤੇਰੇ ਬੰਬੇ ਬੰਬੇ ਵਾਲੇ ਮਿੱਠੀਏ ਹਾਨੀ ਮੈਂ ਮੂਸੇ ਪੈਣ ਆਉਣ ਲਾਦੇ ਨੀ ਅੜਖੀ ਆਗੀ ਦੀ ਜੱਟ ਦੇ ਸਿਰਾਂ ਤੋਂ ਨਾ ਲਾਉਂਦੇ ਦੁਨੀਆ ਹੋ ਤੇਰੇ ਇਕੀਆਂ ਸਾਲਾਂ ਦੇ ਜੱਟ ਨੂੰ ਹਾ ਬਾਈ ਬਾਈ ਕਹਿੰਦੀ ਦੁਨੀਆ ਹੋ ਤੇਰੀ ਕਿੰਨਾਂ ਸਾਲਾਂ ਦੇ ਜੱਟ ਨੂੰ ਹਾ ਬਾਈ ਬਾਈ ਕਹਿੰਦੀ ਦੁਨੀਆ ਥੈਂਕ ਯੂ ਸੋਏ ਸੀ ਸਾਡੇ ਨਾਲ ਰਜਿੰਦਰ ਮਾਉਂਟੀ ਜੀ ਨੇ ਆਪਣੀ ਗਾਇਕੀ ਦਾ ਜਿਹੜਾ ਰੰਗ ਹੈ ਪੇਸ਼ ਕੀਤਾ ਉਮੀਦ ਕਰਦੇ ਹਾਂ ਕਿ ਦਰਸ਼ਕ ਇਹਦੀ ਗਾਇਕੀ ਨੂੰ ਇਹਦੀ ਕਲਾ ਨੂੰ ਪਸੰਦ ਕਰਨਗੇ ਕੈਮਰਾਮੈਨ ਅਮੀਦ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ